ਹਾਂਜੀ ਦੋਸਤੋ ਸਭ ਤੋਂ ਪਹਿਲਾਂ ਤਾਂ ਮੇਰੇ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਛੇਵੀਂ ਜਮਾਤ ਦੀ ਸਮਾਜਿਕ ਵਿਗਿਆਨ ਦਾ ਪਾਠ ਨੰਬਰ 2 ਕਰਾਂਗੇ ਧਰਤੀ ਦੀਆਂ ਗਤੀਆਂ ਇਸ ਪਾਠ ਦੇ ਜੋ ਪ੍ਰਸ਼ਨ ਉੱਤਰ ਨੇ ਕਾਰਨ ਦੱਸੋ ਵਾਲਾ ਭਾਗ ਸੀ ਠੀਕ ਹੈ ਜੀ ਐਕਸਪਲੇਨ ਕਰਨਾ ਸੀ ਵਰਸ਼ ਨੂੰ ਤਰੇਸਿਓ ਵੀ ਇੱਕ ਤਰੀਕੇ ਨਾਲ ਜਾਂ ਉਸ ਤੋਂ ਬਿਨਾ ਜੋ ਬਾਕੀ ਬੁੱਕਵਰਕ ਸੀ ਖਾਲੀ ਥਾਂਵਾਂ ਸੀ ਉਹੋ ਇਸ ਵੀਡੀਓ ਦੇ ਵਿੱਚ ਅੱਜ ਅਸੀਂ ਕੰਪਲੀਟ ਕਰਾਂਗੇ ਪੂਰੀ ਵੀਡੀਓ ਤੁਸੀਂ ਨੇ ਜ਼ਰੂਰ ਦੇਖਣੀ ਹੈ ਤਾਂ ਕਿ ਇਹ ਸਾਰੇ ਪਾਠ ਦੀ ਰਿਵੀਜ਼ਨ ਵਧੀਆ ਹੋ ਸਕੇ ਪਾਠ 1 ਦੀ ਵੀਡੀਓ ਜਿਹੜੀ ਅਸੀਂ ਪਹਿਲਾਂ ਬਣਾ ਚੁੱਕੇ ਹਾਂ ਉਹ ਵੀਡੀਓ ਵੀ ਜ਼ਰੂਰ ਦੇਖਿਓ ਆਦਰਵਾਇਜ਼ ਉਮੀਦ ਕਰਦੇ ਹਾਂ ਤੁਸੀਂ ਦੇਖ ਲਈ ਹੋਵੇਗੀ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਇਹ ਸਾਰੀਆਂ ਵੀਡੀਓਜ਼ ਦੇਖ ਸਕਦੇ ਹੋ ਚਲੋ ਜੀ ਸ਼ੁਰੂ ਕਰਦੇ ਹਾਂ ਧਰਤੀ ਦੀ ਧੈਨਿਕ ਗਤੀ ਕੀ ਹੁੰਦੀ ਹੈ ਉੱਤਰ ਤਰਤੀ ਆਪਣੀ ਤੋਰੇ ਦਿਵਾਲੇ ਘੁੰਮਦੀ ਹੋਈ ਇੱਕ ਚੱਕਰ 24 ਘੰਟੇ ਵਿੱਚ ਪੂਰਾ ਕਰਦੀ ਹੈ ਇਸ ਨੂੰ ਤਰਤੀ ਦੀ દੈਨਿਕ ਗਤੀ ਆਖਦੇ ਹਨ ਇਸ ਨਾਲ ਦਿਨ ਅਤੇ ਰਾਤ ਬਣਦੇ ਨੇ ਦੇਖੋ ਜੀ ਤੁਹਾਨੂੰ ਇੱਕ ਤਰੀਕਾ ਦੱਸਦೇನೆ ਯਾਦ ਰੱਖਣ ਦਾ દੈਨਿਕ ਦੈਨਿਕ ਦਾ ਭਾਵ ਹੋ ਗਿਆ ਦਿਨ ਠੀਕ ਹੈ ਕੀ ਹੋ ਗਿਆ ਦਿਨ ਤਾਂ ਦਿਨ ਦੇ 24 ਘੰਟੇ ਹੁੰਦੇ ਨੇ ਤਾਂ ਜ ਜ ਤਰਤੀ ਤੋਰੇ ਦੇ ਦਿਵਾਲੇ ਘੁੰਮਦੀ ਹੋਈ 24 ਘੰਟੇ ਚੱਕਰ ਪੂਰਾ ਕਰਦੀ ਹੈ ਉਹ ਕੀ ਹੈ ਦੀ ਦੈਨਿਕ ਗਤੀ ਹੈ ਠੀਕ ਹੈ ਇਸ ਦੇ ਨਾਲ ਕੀ ਬਣਦੇ ਨੇ ਦਿਨ ਅਤੇ ਰਾਤ ਠੀਕ ਹੈ ਜੀ ਤਾਂ ਦੇਖੀ ਅਸੀਂ ਕਹਿੰਨੇ ਵੀ ਦਿਨ ਰਾਤ 24 ਘੰਟੇ ਹੋਗੇ ਠੀਕ ਹੈ 12 ਘੰਟੇ ਦਿਨ 12 ਘੰਟੇ ਦੀ ਰਾਤ ਮੰਨਦੇ ਆਂ ਵੈਸੇ ਹੀ ਅਲੱਗ-ਅਲੱਗ ਡਿਫਰੈਂਸ ਹੋ ਹਾਲੇ ਕਦੇ ਦਿਨ ਵੱਡੇ ਹੋ ਕਦੇ ਰਾਤ ਤਾਂ ਉਹ ਇਸ ਤੇ ਬੇਸ ਤੇ ਹੀ ਹੁੰਦੀਆਂ ਨੇ ਅੱਗੇ ਉਹ ਵਾਰਸ਼ਿਕ ਗਤੀ ਦਾ ਇਹ ਫਰਕ ਪੈਂਦਾ ਠੀਕ ਹੈ ਉਹਦੇ ਬੇਸ ਤੇ ਹੁੰਦੀਆਂ ਨੇ ਸੋ ਹੁਣ ਅਸੀਂ ਡਿਸਕਸ ਕਰਦੇ ਹਾਂ ਜੀ ਨੈਕਸਟ ਵਰਸ਼ਨ ਪ੍ਰਸ਼ਨ ਨੰਬਰ 2 ਰੁੱਤਾਂ ਬਦਲਣ ਦੇ ਕੀ ਕਾਰਨ ਹਨ ਉੱਤਰ ਧਰਤੀ ਦਾ ਆਪਣੇ ਤੋਰੇ ਤੇ 66.5 ਭਾਵ 66 ਠੀਕ ਹੈ 66 ਡਿਗਰੀ ਦਾ ਚਕਾਓ ਅਤੇ ਧਰਤੀ ਦੁਆਰਾ 365.25 ਦਾ ਭਾਵ ਕਿ 365 ਦਿਨ ਪੂਰੇ ਲੱਗਦੇ ਨਹੀਂ 6 ਘੰਟੇ ਲੱਗ ਤੋਂ ਲੱਗਦੇ ਨੇ ਦਿਨਾਂ ਵਿੱਚ ਸੂਰਜ ਦਿਵਾਲੀ ਚੱਕਰ ਲਗਾਉਣਾ ਰੁੱਤਾਂ ਬਣਨ ਦੇ ਕਾਰਨ ਹਾਂ ਪਰ ਰੁੱਤਾਂ ਕਿਵੇਂ ਬਣਦੀਆਂ ਨੇ ਕਦੇ ਅਸੀਂ ਕਹਦੇ ਨੇ ਸਰਦੀ ਆ ਗਈ ਗਰਮੀ ਆ ਗਈ ਤਾਂ ਉਹ ਇਸ ਬੇਸ ਤੇ ਬਣਦੇ ਨੇ ਠੀਕ ਹੈ ਕਿ ਧਰਤੀ ਇੱਕ ਚੱਕੀ ਹੋਈ ਇੱਕ ਉਹ ਜਿਹੜੇ ਦਿਨ ਚੱਕਰ ਪੂਰਾ ਕਰਦੀ ਹੈ ਠੀਕ ਹੈ ਜੀ ਉਹ ਸਾਲ ਦੇ ਵਿੱਚ ਵਾਰਸ਼ਿਕ ਗਤੀ ਹੁੰਦੀ ਹੈ ਉਹ ਤਾਂ ਉਸ ਬੇਸ ਤੇ ਇਹ ਰੁੱਤਾਂ ਬਣਦੀਆਂ ਨੇ ਨੈਕਸਟ ਕੁਐਸਚਨ ਹੈ ਜੀ ਪ੍ਰਸ਼ਨ ਨੰਬਰ 31 21 ਜੂਨ ਨੂੰ ਸੂਰਜ ਦੀਆਂ ਕਿਰਨਾਂ ਕਿੱਥੇ ਸਿੱਧੀਆਂ ਪੈਂਦੀਆਂ ਹਨ ਉੱਤਰ ਕਰਕ ਰೇಖੇ 'ਤੇ ਪ੍ਰਸ਼ਨ ਨੰਬਰ 4 ਉੱਤਰੀ ਅਰਧ ਗੋਲੇ ਵਿੱਚ 23 ਸਤੰਬਰ ਨੂੰ ਕਿਹੜਾ ਮੌਸਮ ਹੁੰਦਾ ਹੈ ਪਤਝੜ ਪ੍ਰਸ਼ਨ ਨੰਬਰ 5 ਦੱਖਣੀ ਅਰਧ ਗੋਲੇ ਵਿੱਚ 23 ਸਤੰਬਰ ਨੂੰ ਕਿਹੜਾ ਮੌਸਮ ਹੁੰਦਾ ਹੈ ਬਸੰਤਰੁੱਤ ਉਸ ਤੋਂ ਬਾਅਦ ਅਗਲਾ ਭਾਗ ਹੈ ਜੀ ਕਾਰਨ ਦੱਸੋ ਭਾਵੇਂ ਸਾਨੂੰ ਕੁਝ ਇਹਨਾਂ ਨੇ ਡਾਇਰੈਕਟ ਪ੍ਰਸ਼ਨ ਉਹ ਚਰਖੇ ਨਹੀਂ ਜਿਵੇਂ ਕਿ ਨੰਬਰ 1 ਸੂਰਜ ਪੂਰਬ ਵਿੱਚੋਂ ਨਿਕਲਦਾ ਹੈ ਤੇ ਪੱਛਮ ਵਿੱਚ ਛੁਪਦਾ ਹੈ ਤਾਂ ਇਸ ਦਾ ਕੀ ਭਾਵ ਹੈ ਉੱਤਰ ਵੀ ਕਿਉਂ ਕਾਰਨ ਦੱਸਣਾ ਸੀ ਇਸ ਦਾ ਵਿਸਤਾਰਨ ਦਾ ਕਿਉਂ ਹੁੰਦਾ ਹੈ ਉੱਤਰ ਸਾਡੀ ਧਰਤੀ ਆਪਣੇ ਤੋਰੇ ਤੇ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ ਧਰਤੀ ਦੀ ਇਸ ਗਤੀ ਕਾਰਨ ਸਾਨੂੰ ਸੂਰਜ ਪੂਰਬ ਵਿੱਚੋਂ ਨਿਕਲਦਾ ਤੇ ਪੱਛਮ ਵਿੱਚ ਛੁਪਦਾ ਪ੍ਰਤੀਤ ਹੁੰਦਾ ਹੈ ਸਾਨੂੰ ਇਸ ਕਰਕੇ ਪ੍ਰਤੀਤ ਹੁੰਦਾ ਕਿਉਂਕਿ ਧਰਤੀ ਦੀ ਉਹ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ ਠੀਕ ਹੈ ਜੀ ਪੱਛਮ ਤੋਂ ਪੂਰਬ ਵੱਲ ਘੁੰਮਦੀ ਹੈ ਕਿੱਧਰ ਤੋਂ ਇਹ ਚੀਜ਼ ਨੂੰ ਯਾਦ ਰੱਖਣ ਤਾਂ ਤੁਹਾਨੂੰ ਇੱਕ ਤਰੀਕਾ ਦੱਸ ਦਿੰਦੇ ਆ ਤੁਸੀਂ ਇੱਕ ਸ਼ਬਦ ਯਾਦ ਕਰੋ ਜੀ ਪੱਪੂ ਠੀਕ ਹੈ ਪੱਪੂ ਸ਼ਬਦ ਯਾਦ ਕਰਨਾ ਤੁਸੀਂ ਨਹੀਂ ਪ ਇਹਦਾ ਭਾਵ ਕੀ ਹੈ ਪੱਛਮ ਇਹਦਾ ਭਾਵ ਕੀ ਹੈ ਪੂਰਬ ਠੀਕ ਹੈ ਜੀ ਇਹ ਜੀ ਨੂੰ ਧਿਆਨ ਦੇ ਚ ਰੱਖ ਲਿਓ ਪੱਪੂ ਸ਼ਬਦ ਜਦੋਂ ਗੱਲ ਆਵੇ ਵੀ ਧਰਤੀ ਕਿੱਧਰ ਨੂੰ ਘੁੰਮਦੀ ਹੈ ਤਾਂ ਪੱਪੂ ਸ਼ਬਦ ਤੁਸੀਂ ਯਾਦ ਰੱਖ ਸਕਦੇ ਹੋ ਹੁਣ ਅਸੀਂ ਡਿਸਕਸ ਕਰਦੇ ਹਾਂ ਜੀ ਨੈਕਸਟ ਕੁਸ਼ਨ ਦਿਨ ਅਤੇ ਰਾਤ ਹਮੇਸ਼ਾ ਬਰਾਬਰ ਨਹੀਂ ਹੁੰਦੇ ਕਾਰਨ ਦੱਸਣਾ ਸੀ ਨੇ ਵਿਕਾਉ ਨਹੀਂ ਹੁੰਦੇ ਉੱਤਰ ਧਰਤੀ ਸਾਡੇ 66 ਡਿਗਰੀ ਦੇ ਕੋਣ ਤੇ ਝੁਕੀ ਹੋਈ ਹੈ ਜਿਸ ਕਾਰਨ ਹਰ ਸਥਾਨ ਤੇ ਸੂਰਜ ਦੀਆਂ ਕਿਰਨਾਂ ਧਰਤੀ ਤੇ ਸਿੱਧੀਆਂ ਨਹੀਂ ਪੈਂਦੀਆਂ ਉੱਤਰੀ ਧਰੁਵ ਸੂਰਜ ਵੱਲ ਝੁਕਿਆ ਹੋਇਆ ਅਤੇ ਦੱਖਣੀ ਧਰੁਵ ਸੂਰਜ ਤੋਂ ਪਰੇ ਦਿਖਾਈ ਦਿੰਦਾ ਹੈ ਇਸ ਲਈ ਦਿਨ ਅਤੇ ਰਾਤ ਬਰਾਬਰ ਨਹੀਂ ਹੁੰਦੇ ਠੀਕ ਹੈ ਜੀ ਤਾਂ ਕੁਝ ਕੁ ਡੇਟ ਫਿਕਸ ਕੀਤੇ ਗਏ ਨੇ ਵੀ ਉਦੋਂ ਕਹਿੰਦੇ ਹੁੰਦੇ ਨੇ ਦਿਨ ਰਾਤ ਬਰਾਬਰ ਹੋ ਜਾਂਦੇ ਨੇ ਆਦਰਵਾਇਜ਼ ਕੀ ਚੱਲਦਾ ਵੀ ਦਿਨ ਛੋਟਾ ਹੋ ਗਿਆ ਰਾਤ ਵੱਡੀ ਹੋ ਗਈ ਰਾਤ ਛੋਟੀ ਹੋ ਗਈ ਦਿਨ ਵੱਡਾ ਹੋ ਗਿਆ ਇਹ ਇਹਨਾਂ ਦਾ ਲਿੰਕ ਚੱਲਦਾ ਰਹਿੰਦਾ ਹੈ ਉਸ ਤੋਂ ਬਾਅਦ ਅਸੀਂ ਡਿਸਕਸ ਕਰਦੇ ਹਾਂ ਜੀ ਨੈਕਸਟ ਕੁਸ਼ਨ 21 ਜੂਨ ਨੂੰ ਦੱਖਣੀ ਧਰੁਵ ਤੇ ਲਗਾਤਾਰ ਹਨੇਰਾ ਹੁੰਦਾ ਹੈ ਕਾਰਨ ਦੱਸਣੇ ਅਸੀਂ ਨਹੀਂ ਉੱਤਰ 21 ਜੂਨ ਨੂੰ ਉੱਤਰੀ ਧਰੁਵ ਸੂਰਜ ਵੱਲ ਝੁਕਿਆ ਹੁੰਦਾ ਹੈ ਸੂਰਜ ਦੀਆਂ ਕਿਰਨਾਂ ਦੱਖਣੀ ਧਰੁਵ ਤੱਕ ਨਹੀਂ ਪਹੁੰਚ ਸਕਦੀਆਂ ਇਸ ਲਈ ਦੱਖਣੀ ਧਰੁਵ ਤੇ ਹਨੇਰਾ ਹੁੰਦਾ ਹੈ ਭਾਵ ਸੂਰਜ ਦੀਆਂ ਕਿਰਨਾਂ ਪਹੁੰਚਦੀਆਂ ਨਹੀਂ ਇਸ ਕਾਰਨ ਹਨੇਰਾ ਹੋ ਜਾਂਦਾ ਹੈ ਨੈਕਸਟ ਕੁਸਚਨ ਹੈ ਜੀ ਪਰਸ਼ਨ ਨੰਬਰ 4 ਸੂਰਜ ਚੰਨ ਤੇ ਤਾਰੇ ਪ੍ਰithvi ਦਿਵਾਲੀ ਪੂਰਬ ਤੋਂ ਪੱਛਮ ਵੱਲ ਕਿਉਂ ਨਜ਼ਰ ਆਉਂਦੇ ਨੇ ਠੀਕ ਹੈ ਦੇਖੋ ਜੀ ਮੈਂ ਤੁਹਾਨੂੰ ਯਾਦ ਕਰਨ ਦਾ ਤਰੀਕਾ ਦੱਸਿਆ ਪੱਪੂ ਸ਼ਬਦ ਠੀਕ ਹੈ ਪੱਪੂ ਪੱਪੂ ਦਾ ਭਾਵ ਕੀ ਹੈ ਪੱਛਮ ਤੋਂ ਪੂਰਬ ਧਰਤੀ ਜਿਹੜੀ ਉਹ ਪੱਛਮ ਤੋਂ ਪੂਰਬ ਵੱਲ ਨੂੰ ਘੁੰਮਦੀ ਹੈ ਤੇ ਸਾਨੂੰ ਇਹ ਇਸਦੇ ਉਲਟ ਦਿਸ਼ਾ ਜਿਵੇਂ ਨਜ਼ਰ ਆਉਂਦੇ ਨੇ ਤਾਂ ਇਸ ਦਾ ਉੱਤਰ ਹੋਏਗਾ ਕਿਉਂਕਿ ਧਰਤੀ ਆਪਣੀ ਧੂਰੀ ਦਿਵਾਲੀ ਪਛਮ ਤੋਂ ਪੂਰਬ ਵੱਲ ਘੁੰਮਦੀ ਹੈ ਇਸ ਲਈ ਸਾਨੂੰ ਸੂਰਜ ਚੰਨ ਤੇ ਤਾਰੇ ਉਲਟ ਦਿਸ਼ਾ ਵਿੱਚ ਭਾਵ ਪੂਰਬ ਤੋਂ ਪਛਮ ਵੱਲ ਘੁੰਮਦੇ ਨਜ਼ਰ ਆਉਂਦੇ ਨੇ ਠੀਕ ਹੈ ਜੀ ਇਹ ਕਾਰਨ ਹੈ ਇਸ ਦਾ ਨੈਕਸਟ ਪ੍ਰਸ਼ਨ ਹੈ ਜੀ ਪ੍ਰਸ਼ਨ ਨੰਬਰ 5 ਲੀਪ ਦੇ ਸਾਲ ਦਾ ਕੀ ਅਰਥ ਹੈ ਇੱਕ ਆਮ ਸਾਲ ਨਾਲੋਂ ਲੀਪ ਦੇ ਸਾਲ ਵਿੱਚ ਇੱਕ ਦਿਨ ਵੱਧ ਕਿਉਂ ਹੁੰਦਾ ਠੀਕ ਹੈ ਇਹਦਾ ਪਹਿਲਾਂ ਉੱਤਰ ਪੜ ਲਓ ਸੀ ਕਿਸ ਤਰੀਕੇ ਨਾਲ ਲਿਖਣਾ ਹੈ ਤਰਤੀ ਸੂਰਜ ਦੇ ਚਾਰੇ ਪਾਸੇ ਇੱਕ ਚੱਕਰ ਪੂਰਾ ਕਰਨ ਲਈ 365 ਦਿਨ ਅਤੇ 6 ਘੰਟੇ ਦਾ ਸਮਾਂ ਲੈਂਦੀ ਹੈ ਇਸ ਲਈ ਹਰੇਕ ਸਾਲ 6 ਘੰਟੇ ਦਾ ਸਮਾਂ ਬਚ ਜੰਦਾ ਹੈ ਇਸ ਸਮੇਂ ਨੂੰ ਪੂਰਾ ਕਰਨ ਲਈ ਅਸੀਂ 4 ਸਾਲਾਂ ਬਾਅਦ ਸਾਲ ਵਿੱਚ ਇੱਕ ਦਿਨ ਭਾਵ 24 ਘੰਟੇ ਜੋੜ ਦਿੰਦੇ ਹਾਂ ਇਸ ਨੂੰ ਲੀਪ ਦਾ ਸਾਲ ਕਹਿੰਦੇ ਹਨ ਠੀਕ ਹੈ ਜੀ ਭਾਵੇਂ ਤੁਹਾਨੂੰ ਇਹਨੂੰ ਸਿੰਪਲ ਕਰਕੇ ਸਮਝਾ ਦਿੰਦੇ ਆ ਪਰ ਸ਼ਾਇਦ ਤੁਸੀਂ ਇਸ ਤਰੀਕੇ ਨਾਲ ਲਿਖਣੇ ਜਿਵੇਂ ਤੁਹਾਨੂੰ ਲਿਖਿਆ ਹੋਇਆ ਨਜ਼ਰ ਆ ਰਿਹਾ ਹੈ ਦੇਖੋ ਜੀ 365 ਦਿਨ ਤਾਂ ਹਰ ਸਾਲ ਦੇ ਵਿੱਚ ਹੁੰਦੇ ਹੀ ਹੁੰਦੇ ਨੇ ਠੀਕ ਹੈ ਜੀ ਤੇ ਕੀ ਹੋ ਗਿਆ ਦਿਨ ਦਾ ਚੌਥਾ ਹਿੱਸਾ ਦਿਨ ਦਾ ਚੌਥਾ ਹਿੱਸਾ ਦੇਖੋ 365 ਦਿਨ ਤਾਂ ਸਾਰੇ ਸਾਲਾਂ 'ਚ ਹੁੰਦੇ ਨੇ ਤਾਂ ਪਹਿਲੇ ਸਾਲ 'ਚ 6 ਘੰਟੇ ਸੀ ਅਗਲੇ ਸਾਲ ਦੇ ਵੀ 6 ਘੰਟੇ ਜੁੜ ਗਏ ਅਗਲੇ ਸਾਲ ਦੇ ਵੀ 6 ਘੰਟੇ ਜੁੜ ਗਏ ਅਤੇ ਅਗਲੇ ਦੇ ਵੀ 6 ਘੰਟੇ ਜੁੜ ਗਏ ਠੀਕ ਹੈ ਜੀ 6 6 6 24 ਘੰਟੇ ਬਣ ਗਏ 24 ਘੰਟਿਆਂ ਦਾ ਇੱਕ ਦਿਨ ਹੀ ਬਣ ਗਿਆ ਤਰੇ ਦਾ ਚੌਥਾ ਸਾਲ ਹੁੰਦਾ ਅਸੀਂ ਉਹਨੂੰ ਕੀ ਕਹਿੰਦੇ ਨੇ ਵੀ ਉਹਦੇ ਵਿੱਚ 366 ਦਿਨ ਹੁੰਦੇ ਨੇ ਲੀਪ ਦੇ ਸਾਲ ਵਿੱਚ ਕਿੰਨੇ ਦਿਨ ਹੁੰਦੇ ਨੇ 366 ਦਿਨ ਇਸ ਤਰੀਕੇ ਨਾਲ ਅਸੀਂ ਲੀਪ ਦੇ ਸਾਲ ਨੂੰ ਕੀ ਕਹਿੰਦੇ ਵੀ ਉਹ 366 ਦਿਨਾਂ ਦਾ ਹੁੰਦਾ ਹੈ ਉਸ ਤੋਂ ਬਾਅਦ ਅਸੀਂ ਕਰਦੇ ਹਾਂ ਜੀ ਖਾਲੀ ਥਾਂ ਮਾ ਪਰੂ ਤਰਤੀ ਪੱਛਮ ਦਿਸ਼ਾ ਤੋਂ ਪੂਰਬ ਦਿਸ਼ਾ ਵੱਲ ਘੁੰਮਦੀ ਹੈ ਪਹਿਲੀ ਖਾਲੀ ਥਾਂ ਦੇ ਵਿੱਚ ਪੱਛਮ ਦੂਸਰੀ ਦੇ ਵਿੱਚ ਪੂਰਬ ਭਰਨਾ ਹੈ ਅਗਲਾ ਅਗਲੀ ਖਾਲੀ ਥਾਂ ਹੈ ਜੀ ਸੈਕੰਡ ਡੈਸ਼ 1 ਕਲਪਿਤ ਕਿੱਲੀ ਹੈ ਜਿਸ ਦੇ ਦਿਵਾਲੇ ਧਰਤੀ ਘੁੰਮਦੀ ਹੈ ਤੁਰਾ ਠੀਕ ਹੈ ਇਸ ਖਾਲੀ ਥਾਂ ਦੇ ਵਿੱਚ ਕੀ ਭਰੋਗੇ ਤੁਰਾ ਉਸ ਤੋਂ ਬਾਅਦ ਹੈ ਜੀ ਤੀਸਰੀ ਖਾਲੀ ਥਾਂ ਧਰਤੀ ਜਿਸ ਪਥਰਾਹੀਂ ਸੂਰਜ ਦਿਵਾਲੇ ਚੱਕਰ ਕੱਟਦੀ ਹੈ ਨੂੰ ਡੈਸ਼ ਕਹਿੰ ਆਖਦੇ ਹਨ ਪਥਰੇਖ ਆਖਦੇ ਨੇ ਇਸ ਨੂੰ ਠੀਕ ਹੈ ਜੀ ਪਥਰੇਖ ਤੁਸੀਂ ਖਾਲੀ ਥਾਂ ਦੇ ਵਿੱਚ ਭਰ ਲੈਣਾ ਜਿਵੇਂ ਜਿਹੜੇ ਅੱਖਰ ਤੁਹਾਨੂੰ ਡਾਰਕ ਕੀਤੇ ਹੋਏ ਨੇ ਨਾ ਇਹ ਖਾਲੀ ਥਾਂਵਾਂ ਨੇ ਇਹਨਾਂ ਨੂੰ ਡੈਕਟ ਤੁਸੀਂ ਭਰ ਸਕਦੇ ਹੋ ਉਸ ਤੋਂ ਬਾਅਦ ਹੈ ਜੀ ਖਾਲੀਥਾਨ ਨੰਬਰ 4 ਡੈਸ਼ ਖੇਤਰਾਂ ਵਿੱਚ 6 ਮਹੀਨੇ ਦਿਨ ਅਤੇ 6 ਮਹੀਨੇ ਰਾਤ ਹੁੰਦੀ ਹੈ ਧਰੋਵੀ ਖੇਤਰਾਂ ਦੇ ਵਿੱਚ ਠੀਕ ਹੈ ਜੀ ਜਿਵੇਂ ਤੁਹਾਨੂੰ ਦੱਸਿਆ ਸੀ ਇੱਕ ਧਰੋਵ ਝੁਕ ਜਾਂਦਾ ਹੁੰਦਾ ਉਸ ਸਾਈਡ ਤੇ ਤਾਂ ਉਸ ਸਾਈਡ ਤੇ ਹਨੇਰਾ ਹੁੰਦਾ ਜਿਸ ਕਰਕੇ ਉੱਥੇ ਲਗਾਤਾਰ ਰਾਤ ਹੀ ਰਹਿੰਦੀ ਹੈ ਹਨੇਰਾ ਰਹਿੰਦਾ ਭਾਵ ਰਾਤ ਰਹਿੰਦੀ ਹੈ ਸੋ ਇਸ ਤਰੀਕੇ ਨਾਲ ਅਸੀਂ ਨੇ ਦੂਸਰਾ ਪਾਠ ਪੂਰਾ ਕਰ ਲਿਆ ਉਮੀਦ ਹੈ ਕਿ ਤੁਸੀਂ ਇਸ ਵੀਡੀਓ ਤੋਂ ਕੋਈ ਚੰਗਾ ਸਿੱਖਿਆ ਹੋਏਗਾ ਇਸ ਵੀਡੀਓ ਨੂੰ ਆਪਣੇ ਦੋਸਤਾਂ ਵਿੱਚ ਸ਼ੇਅਰ ਜਰੂਰ ਕਰ ਦਿਓ ਇਹ ਵੀਡੀਓ ਇਸ ਤੱਕ ਦੇਖਣ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ